ਮਹਾਤਮਾ ਰਾਜੇ ਕੋ ਆਉਂਦੇ ਜਾਂਦੇ ਉਹ ਰਾਜਾ ਕਹਿੰਦਾ ਮਹਾਰਾਜ ਮੇਰਾ ਦਿਮਾਗ ਤੇ ਟੈਨਸ਼ਨ ਬਹੁਤ ਰਹਿੰਦੀ ਮੇਰਾ ਮਨ ਕਰਦਾ ਵੀ ਜੰਗਲ ਨੂੰ ਜਾਈਏ ਛੱਡ ਦੇਈਏ ਰਾਜ ਤਪੱਸਿਆ ਕਰੀਏ ਉਸ ਤੇ ਬੰਦਾ ਸ਼ਾਂਤ ਨਹੀਂ ਗਿਆ ਕਹਿੰਦੇ ਰਾਜਾ ਤੇਤੇ ਤਪੱਸਿਆ ਨਹੀਂ ਹੋਣੀ ਇੱਦਾਂ ਕਰ ਤੂੰ ਰਾਜ ਮੈਨੂੰ ਦੇ ਦੇ ਛੱਡ ਕੇ ਕਿਹਨੂੰ ਦੇ ਕੇ ਜਾਊਂਗਾ ਸਰ ਤੂੰ ਮਹਿੰਦੇ ਦੇ ਕਹਿੰਦਾ ਠੀਕ ਹੈ ਕਹਿੰਦਾ ਦੇਖ ਮੇਰੇ ਤੇ ਰਾਜ ਨਹੀਂ ਹੋਣਾ ਸੰਤ ਕਹਿੰਦੇ ਇਹਦੀ ਨੀਤੀ ਨੂੰ ਮੈਂ ਜਾਣਦਾ ਤੇਤੇ ਤਪੱਸਿਆ ਨਹੀਂ ਹੋਣੀ ਇਹੀ ਕੁਰਸੀ ਤੇ ਮੈਂ ਹੁਣ ਬਹਿ ਗਿਆ ਨਾ ਤੇਰੇ ਵਾਲੀ ਤੇ ਰਾਜੇ ਰਾਜ ਸੰਤ ਅੰਮ੍ਰਿਤਰਾ ਸੰਤ ਬਹਿ ਗਿਆ ਉੱਥੇ ਕਹਿੰਦੇ ਰਾਜਾ ਦੇਖ ਤੇਤੇ ਵੀ ਭੁੱਖਾ ਭੁੱਖਾ ਨਹੀਂ ਬਹਿ ਹੋਣਾ ਤੂੰ ਮੇਰੀ ਕੁਰਸੀ ਇੱਥੇ ਆ ਕੇ ਬਹਿ ਹੁਣ ਮੇਰਾ ਰਾਜ ਸਮਝੀ ਮੇਰਾ ਹੈ ਤੈਂ ਤਾਂ ਹੁਣ ਮੈਨੂੰ ਜਿੱਤਦਾ ਰਾਜ ਕਰ ਰਾਜਾ ਕਰੀ ਸੰਤ ਇੱਕ ਦਿਨ ਕਹਿੰਦੇ ਸੰਤਾਂ ਨੇ ਬੈਠੇ ਰਹਿਣਾ ਹੋਰ ਕੁਰਸੀ ਰਾਜੇ ਨੇ ਉੱਤੇ ਬਹਿ ਜਾਣਾ ਕੰਮ ਘਰ ਉਹਨੇ ਚਲਾਈ ਜਾਣਾ ਸੰਤਾਂ ਨੇ ਉੱਤੇ ਬੈਠੇ ਰਹਿਣਾ ਇੱਕ ਦਿਨ ਸੰਤ ਕਹਿੰਦੇ ਰਾਜਾ ਤੀਰਥ ਯਾਤਰਾ ਜਾਂਦਾ ਅਤੇ ਤੂੰ ਸਾਡਾ ਕੰਮ ਸੰਭਾਲੂਗਾ ਥੋੜ੍ਹਾ ਸਾਡੀ ਗੈਰ ਹਾਜ਼ਰੀ ਸੰਭਾਲੀ ਕਹਿੰਦਾ ਠੀਕ ਹੈ ਬਾਰਾਂ ਸਾਲ ਬਾਅਦ ਸੰਤ ਮੁੜੇ ਕਹਿੰਦੇ ਆਏ ਰਾਜੇ ਨੇ ਮੱਥਾ ਟੇਕਿਆ ਕਹਿੰਦੇ ਠੀਕ ਠਾਕ ਰਿਹਾ ਕਹਿੰਦਾ ਹਾਂਜੀ ਪਰੇਸ਼ਾਨੀ ਕੋਈ ਟੈਨਸ਼ਨ ਕਹਿੰਦਾ ਜੀ ਕਹਿੰਦੇ ਅੱਗੇ ਤਾਂ ਬਹੁਤ ਰਹਿੰਦਾ ਹੁੰਦਾ ਹੁਣ ਕਿੱਦਾਂ ਨਹੀਂ ਹੋਇਆ ਕਹਿੰਦਾ ਹੁਣ ਇੱਦਾਂ ਨਹੀਂ ਹੋਈ ਮੈਂ ਕਿਹਾ ਵਿਗੜ ਗਿਆ ਤਾਂ ਸੰਤਾਂ ਦਾ ਬਣ ਗਿਆ ਤਾਂ ਸੰਤਾਂ ਦਾ ਮੈਂ ਤਾਂ ਚਾਰ ਦਿਨ ਰੋਟੀ ਖਾਣੀ ਆ ਕਹਿੰਦੇ ਆਈ ਪੁਆੜਾ ਇਸ ਪੁਆੜੇ 'ਚ ਫਸਿਆ ਬੰਦਾ ਮਰਦਾ ਜੀ ਉਹਨੂੰ ਰੱਬ ਦਾ ਸਮਝ ਲਵੇ ਤੇ ਮੈਂ ਤਾਂ ਚਾਰ ਦਿਨ ਦੋ ਰੋਟੀਆਂ ਤੂੰ ਖਾਧੀ ਹੋਣੀ ਦੋ ਇੱਕ ਜਾਂ ਮੈਂ ਵੀ ਇੱਕ ਅੱਧੀ ਖਾਧੀ ਸ਼ਾਮ ਨੂੰ ਵੀ ਉਹੀ ਖਾਣੀ ਇੰਨਾ ਦੇ ਗਿਆ ਬਸ ਸੋਨਾ ਇੱਥੇ ਰਹਿ ਗਿਆ ਧਰਤੀ 'ਚ ਚਾਂਦੀ ਵੀ ਇੱਥੇ ਰਹਿ ਗਈ ਪਰ ਚਾਰ ਦਿਨ ਦਾ ਰੌਲਾ ਰੱਬ ਬਸ ਦੌੜਾ ਰਹੇ ਮੇਨ ਸ਼ਾਇਦ ਇਹੀ ਸਮਝਾਉਂਦੇ ਗਏ ਬੰਦੇ ਇਹ ਜਦ ਫਸਿਆ ਤੇ ਨਿਕਲ ਨਹੀਂ ਸਕਦਾ ਤੁਹਾਡਾ ਬੰਦਾ ਕੁਛ ਛੱਡਣਾ ਆਏ ਨਹੀਂ ਹਲੇ ਨਹਿਰੂ ਆਇਆ ਇੱਥੇ ਪ੍ਰਤਾਪ ਸਿੰਘ ਕੈਰੋਂ ਲੈ ਕੇ ਆਇਆ ਸੰਤ ਮਹਾਰਾਜ ਦਾ ਸ਼ਰਧਾਲੂ ਸੀ ਪ੍ਰਤਾਪ ਸਿੰਘ ਕੈਰੋਂ ਬਹੁਤ ਜ਼ਿਆਦਾ ਉਦੋਂ ਵੀ ਮਹਾਰਾਜ ਡਮੇਲੀ ਸੀ ਕੈਰੋਂ ਨੇ ਕਿਹਾ ਮਹਾਰਾਜ ਚੰਗਾ ਡਾਕਟਰ ਲੈ ਆਈਏ ਕੈਰੋਂ ਲੈ ਕੇ ਆਇਆ ਮਹਾਰਾਜ ਨੇ ਮੂੰਹ ਨਹੀਂ ਕੀਤਾ ਕੈਰੋਂ ਦਾ ਉਹਨਾਂ ਆਟਾ ਮਾਸਟਰ ਨਹਿਰੂ ਦਾ ਇਹ ਕੈਰੋਂ ਨੇ ਆਪਣੀ ਹਾਂਜੀ ਮੰਨੀ ਮੈਂ ਪ੍ਰਧਾਨ ਮੰਤਰੀ ਨੂੰ ਲੈ ਕੇ ਇਹਨੇ ਮੂੰਹ ਵੀ ਨਹੀਂ ਕੀਤਾ ਉਹਨੂੰ ਮੇਰੇ ਕੈਰੋਂ ਨੇ ਹੌਲੀ ਜਿਹਾ ਕੋਲ ਹੋ ਗਿਆ ਮਹਾਰਾਜ ਪੰਡਿਤ ਕੀ ਆ ਗਿਆ ਮਹਾਰਾਜ ਕਹਿੰਦੇ ਪੰਡਿਤ ਨੂੰ ਕੁਛ ਪੰਡਤਾਂ ਵਾਲੇ ਕੰਮ ਕਰਦਾ ਇਹ ਮਾਂ ਸ਼ਰਾਬ ਖਾਂਦਾ ਉਹ ਖਾਂਦਾ ਸੀ ਨਹਿਰੂ ਪੈ ਨਹੀਂ ਪੈ ਗਿਆ ਮੁੜ ਕੇ ਉਹ ਤੋਂ ਬਾਅਦ ਨਹਿਰੂ ਨੇ ਖਾਧਾ ਨਹੀਂ ਇਹ ਨਹਿਰੂ ਸੀਗਾ ਰਾਵਣ ਜਦੋਂ ਰਾਵਣ ਮਾਰਿਆ ਤਾਂ ਨੌਂ ਸਾਲ ਰਾਜ ਰਹਿੰਦਾ ਸੀ ਨੌਂ ਸਾਲ ਰਾਜ ਰਹਿੰਦਾ ਸੀ ਉਹਨੇ ਕਹਿੰਦਾ ਰਾਜ ਰਹਿੰਦਾ ਮਾਰ ਦਿੱਤਾ ਵਿੱਚ ਇਹਦੀ ਜੇ ਤਪੱਸਿਆ ਰਹਿੰਦੀ ਸੀ ਇਹਦਾ ਰਾਜ ਜਿਹੜਾ ਹੁਣ ਉਹ ਉਹਨੇ ਕਿਹਾ ਕਾਲਯੁਗ ਵਿੱਚ ਦੇਵਾਂਗੇ ਉਹ ਆਇਆ ਫਿਰ ਇਹ ਤਾਂ ਬ੍ਰਾਹਮਣ ਰਾਜ ਨਹੀਂ ਕਰਦਾ ਰਾਜ ਖੱਤਰੀ ਕਰਦਾ ਹਾਂ ਬ੍ਰਾਹਮਣ ਰਾਜ ਨਹੀਂ ਕਰਦਾ ਖੱਤਰੀ ਨੇ ਰਾਜ ਕਰਨਾ